ਆਪਾਂ ਨੂੰ ਲਾਈਨ ਚਾਹੀਦੀ ਹੈ 45 ਦੀ ਤੇ 28 ਦੀ। ਠੀਕ ਹੈ, ਇੱਧਰੋਂ 50 ਪੰਤਾਲੀ ਹੈ, 45 ਅਤੇ ਇੱਧਰ, ਸੋਰੀ ਇੱਧਰ ਨਹੀਂ, ਥੋੜ੍ਹਾ ਜਿਹਾ 6 ਹੈ ਨਾ, 6 ਅਤੇ ਇੱਧਰੋਂ 3 ਅਤੇ ਇਹਦੇ ਨਾਲ ਮਿਲਾ ਦਾ। ਠੀਕ ਹੈ, ਇਹ ਲਾਈਨ ਡਿਲੀਟ ਕਰ ਦਿੰਦੇ ਹਾਂ। ਫਿਰਟ ਕਿੰਨੇ ਦੀ ਹੈ? ਫਿਰਟ ਹੈਗੀ 12, 12 ਦੀ ਫਿਰਟ ਲਾ ਦਿੰਦੇ ਹਾਂ। ਅਤੇ 56, 56 ਦਾ ਹਾਫ ਕਿੰਨਾ ਹੋ ਗਿਆ? 28। ਆਟੋਗੇਟ 'ਚ ਨਾ ਡਿਵਾਈਡ ਚੱਲਦਾ ਹੁੰਦਾ। ਹਾਂਜੀ, ਠੀਕ ਹੈ, ਬਾਕੀ ਹੋਰ ਨਹੀਂ ਕੁਛ ਚੱਲਦਾ, ਪਲੱਸ ਮਲਟੀਪਲਾਈ ਨਹੀਂ ਚੱਲਦਾ, ਸਿਰਫ ਡਿਵਾਈਡ ਚੱਲਦਾ। 6, ਠੀਕ ਹੈ, ਇਹਨੇ ਨੂੰ ਆਪਾਂ ਮਿਰਰ ਕਰ ਸਕਦੇ ਹਾਂ। ਠੀਕ ਹੈ, ਆਹ ਲਾਈਨ ਰਹਿਣ ਦਿੰਦਾ, ਕੰਮ ਆਊਗੀ ਬਾਅਦ 'ਚ। ਅਤੇ ਇਹ ਹੈਗਾ 36, 36 ਅਤੇ ਇੱਧਰ ਕਿੰਨਾ ਹੈਗਾ? 36 ਅਤੇ ਇੱਧਰ ਕਿੰਨਾ ਹੈ? 6। ਠੀਕ ਹੈ, ਜੇ ਮੈਂ ਇੱਕ ਸਰਕਲ ਇੱਥੋਂ ਮਾਰਾਂ 36 ਦਾ ਅਤੇ ਆਫਸੈਟ ਕਰਨਾ 36, ਸਾਡੇ ਕੋਲ ਸੈਂਟਰ ਪੁਆਇੰਟ ਆ ਜਾਊਗਾ। ਠੀਕ ਹੈ, ਫਾਲਤੂ ਦਾ ਅਸੀਂ ਟ੍ਰਿਮ ਕਰ ਸਕਦੇ ਹਾਂ। ਇਹ ਹੋ ਗਿਆ। ਇੱਕ ਸਾਨੂੰ ਰੈਕਟੈਂਗਲ ਚਾਹੀਦਾ, ਰੈਕਟੈਂਗਲ ਦਾ ਸਾਈਜ਼ ਕਿੰਨਾ? 12x, ਬਾਰਾਂ 32 ਲਿਖਦੇ ਹਾਂ, 32x12, 12 ਨਹੀਂ 6 ਚਾਹੀਦਾ ਆਪਾਂ। ਹਾਂ 12, ਸੋਰੀ ਠੀਕ ਸੀਗਾ, ਹੈ ਨਾ, ਹਾਂ ਠੀਕ ਸੀਗਾ। ਇਹ ਹੋ ਗਿਆ। ਇੱਕ ਪੀਸ ਸਾਨੂੰ ਹੋਰ ਚਾਹੀਦਾ ਜਿਹੜਾ ਕਿ 36 ਦਾ ਇੱਦਾਂ, ਅਤੇ ਇੱਧਰ ਕਿੰਨਾ ਹੈ? ਆਹ ਕਿੰਨਾ? 32, ਯਾਨੀ ਕਿ 82 ਹੈ ਨਾ, 82 ਯਾਨੀ ਕਿ 41 ਹੋ ਗਿਆ ਨਾ ਇੱਕ ਸਾਈਡ, ਅਤੇ ਦੂਜੇ ਪਾਸੇ ਕਿੰਨਾ ਹੋ ਗਿਆ? 16 ਹੋ ਗਿਆ। ਠੀਕ ਹੈ, ਅਤੇ ਮਿਰਰ ਕਰ ਸਕਦੇ ਹਾਂ ਆਪਾਂ। ਠੀਕ ਹੈ, ਆਹ ਮੇਰੇ ਪਾਰਟ ਹੈਗੇ ਨਾ, ਇੱਕ ਆਹ ਪਾਰਟ ਹੋ ਗਿਆ, ਇੱਕ ਆਹ ਹੋ ਗਿਆ, ਇਹ ਵੀ ਹੋ ਗਿਆ, ਇਹ ਵੀ ਹੋ ਗਿਆ, ਇਹ ਵੀ ਹੋ ਗਿਆ, ਥੱਲੇ ਦਾ ਰਹਿ ਗਿਆ। ਥੱਲੇ ਵਾਲਾ ਰਹਿ ਗਿਆ, ਥੱਲੇ ਵਾਲੇ ਦੀ ਡਿਮੈਂਸ਼ਨ ਕਿੰਨੀ ਹੋਊਗੀ? ਤਾਂ 36+8, 36 ਅਤੇ 8, ਆਹ 8 ਹੈ ਨਾ, 36 ਹੈ, ਅਤੇ ਥੱਲੇ ਆਏ 12 ਇੱਕ ਪਾਸੇ, ਦੂਜੇ ਪਾਸੇ ਕਿੰਨਾ? 28 ਨਹੀਂ, ਅਰੇ ਨਾ 36 ਅਤੇ 6, 36 ਅਤੇ 42 ਲਿਖ, 42 ਹੋ ਗਿਆ, ਅਤੇ 45 ਅਤੇ 28,
45 plus 20 है 73 minus 36 27 हो गया ठीक है 27 हुण असीं की कीता इस ड्राइंग दे पार्ट कर ले ठीक है नी ए हैगा 6 एक्सट्रूड ए भी हैगा 6 एक्सट्रूड ठीक है ए 9 एक्सट्रूड ए 6 एक्सट्रूड 9 है कि 8 है चलो जो भी है ठीक है ते रीजन कर लिए पहला का रीजन कमांड है पहली बार थोड़ा टाइम लगाना होगा कितना सीखा 6 ये भी 6 सारे 6 ने एक्सट्रूड करांगे हम 6 एनू नहीं ये तो इलावा बाकी सारे ए भी ते ए भी छे ए भी अपन वैल्यू ली है 8 ठीक है फिर एनू अपन फ्री ऑर्बिट दे नाल ठीक है ਇਹ ਜਦੋਂ ਆਪਾਂ ਲਾਈਨ ਨੂੰ ਐਕਸਟਰੂਡ ਕਰ ਦਿੰਦੇ ਆ ਨਾ ਉਦੋਂ ਇਹ ਸਰਫੇਸ ਬਣ ਜਾਂਦੀ ਹੈ ਠੀਕ ਹੈ ਇਹਦਾ ਮਤਲਬ ਹੈ ਲਾਈਨ ਐਕਸਟਰੂਡ ਹੋ ਗਈ ਜਦੋਂ ਡੋਟਡ ਡੋਟਡ ਜਾ ਰਹੇ ਨਾ ਯਾਨੀ ਰੀਜਨ ਨਹੀਂ ਹੈ ਉਹ ਚੀਜ਼ ਸਿੰਗਲ ਲਾਈਨ ਹੈ ਠੀਕ ਹੈ ਹੁਣ ਪਹਿਲਾਂ ਤਾਂ ਇਹਨੂੰ ਰੋਟੇਟ ਕਰ ਲੈਂਦੇ ਹਾਂ ਰੋਟੇਟ ਕਰਨ ਵਾਸਤੇ ਸਾਨੂੰ ਜ਼ੈਡ ਦੀ ਡਾਇਰੈਕਸ਼ਨ ਉੱਪਰ ਚਾਹੀਦੀ ਹੈ ਰੋਟੇਟ ਕਮਾਂਡ ਲਿੱਤੀ ਇਹਨੂੰ ਰੋਟੇਟ ਕਰ ਲਿਆ 90 ਡਿਗਰੀ 'ਤੇ ਰੋਟੇਟ ਆਬਜੈਕਟ ਸਿਲੈਕਟ ਸੈਂਟਰ ਪੁਆਇੰਟ ਮਾਈਨਸ 90 ਕਰਦੇ ਹਾਂ ਮਾਈਨਸ 90 ਠੀਕ ਸਹੀ ਹੈ ਨਾ ਇਹਨੂੰ ਮੂਵ ਕਰਕੇ ਇਹਦੇ ਮਿਡ ਪੁਆਇੰਟ ਤੋਂ ਚੱਕ ਕੇ ਇਹਦੇ ਮਿਡ ਪੁਆਇੰਟ ਠੀਕ ਹੈ ਹੁਣ ਇਹਨੂੰ ਇੱਧਰ ਨੂੰ ਰੋਟੇਟ ਕਰਨਾ ਤਾਂ ਇਹਦੀ ਜੈਡ ਦੀ ਡਾਇਰੈਕਸ਼ਨ ਇੱਧਰ ਨੂੰ ਚੇਂਜ ਕਰ ਦਿਉ ਕਿਉਂਕਿ ਇੱਧਰ ਰੋਟੇਟ ਕਰਨਾ ਚਾਹੁੰਦੇ ਹਾਂ ਆਪਾਂ ਰੋਟੇਟ ਹੋ ਗਿਆ ਨਾ ਇਹਨੂੰ ਚੱਕ ਕੇ ਮਿਡ ਪੁਆਇੰਟ ਨੂੰ ਇਹਦੇ ਮਿਡ ਪੁਆਇੰਟ ਦੇ ਨਾਲ ਠੀਕ ਇਹ ਲਾਈਨਾਂ ਨੇ ਇਹਨਾਂ ਨੂੰ ਡਿਲੀਟ ਕਰ ਦਿਉ ਇਹਨੂੰ ਰੋਟੇਟ ਕਰਨਾ ਰੋਟੇਟ ਜ਼ੈਡ ਦੀ ਡਾਇਰੈਕਸ਼ਨ ਚੇਂਜ ਕਰਨੀ ਪੈਣੀ ਪਹਿਲਾਂ ਰੋਟੇਟ ਆਬਜੈਕਟ ਸਿਲੈਕਟ ਇਹਨੂੰ ਇਹਨੂੰ ਚੱਕ ਕੇ ਮੂਵ ਕਰ ਦੇਣਾ ਇਹਦੇ ਮਿਡ ਪੁਆਇੰਟ ਤੋਂ ਇਹਦੇ ਮਿਡ ਪੁਆਇੰਟ ਚੱਕ ਕੇ ਮੂਵ ਕਰਕੇ ਇਹਦੇ ਮਿਡ ਪੁਆਇੰਟ ਨੂੰ ਸ਼ੇਡ ਚੇਂਜ ਕਰ ਦੇਣਾ ਠੀਕ ਹੈ ਆ ਡਿਮੈਂਸ਼ਨ 'ਚ ਕੋਈ ਗੜਬੜ ਹੋ ਗਈ ਜਿਹਦੇ ਕਰਕੇ ਉੱਪਰ ਰਹਿ ਗਿਆ ਠੀਕ ਹੈ ਅਸੀਂ ਸਬਟਰੈਕਟ ਕਰ ਦਿੰਦੇ ਹਾਂ ਇਹਦੇ ਵਿੱਚੋਂ ਐਂਟਰ ਇਹਨੂੰ ਠੀਕ ਹੈ ਯੂਨੀਅਨ ਲੈ ਕੇ ਸਾਰੇ ਨੂੰ ਯੂਨੀਅਨ ਕਰ ਦਿਉ ਠੀਕ ਹੈ ਇਹਨੂੰ ਮੂਵ ਕਰਕੇ ਇੱਕ ਸਾਈਡ 'ਤੇ ਲੈ ਜਾਵਾਂਗੇ ਅਤੇ ਫਾਲਤੂ ਦੀ ਲਾਈਨਾਂ ਉੱਥੇ ਰਹਿ ਜਾਣੀਆਂ ਠੀਕ ਹੈ ਹੁਣ ਜਿੱਦਾਂ ਇਹ ਇਹ ਪ੍ਰੋਬਲਮ ਹੋ ਗਈ ਤਾਂ ਇਹਨੂੰ ਮੋਡੀਫਾਈ ਕੀਤਾ ਜਾ ਸਕਦਾ ਹੈ ਠੀਕ ਹੈ ਮੋਡੀਫਾਈ ਕਿੱਦਾਂ ਹੋਊਗਾ ਫੇਸ ਯੂਸ ਕਰ ਲਓ ਫੇਸ ਯੂਸ ਐਂਟਰ
एक्स वाई है नहीं उधर, कोई गल नहीं। थ्री पॉइंट भी लेता हूँ, फर्स्ट पॉइंट, सेकंड पॉइंट, थर्ड। मकसद ये है कि एक्स वाई उधर उत्ते आना चाहिए, ठीक नहीं? तो लाइन कमांड ले के इतना भी इधर आ जाने हैं, लाइन कमांड ले के क्लोज कर देने हैं, ठीक है? रीजन कर देने हैं, फिर ठीक है, तो यूनियन कर दो, ठीक है? हाँ जी।